ਕਾਂਗਰਸ ਦੀ ਕੋਈ ਵੀ ਵੱਡੀ ਲੀਡਰਸ਼ਿਪ ਮੈਨੂੰ ਜਲੰਧਰ ਪੱਛਮੀ ਦੇ ਵਿੱਚ ਪ੍ਰਚਾਰ ਕਰਦੀ ਨਜ਼ਰ ਨਹੀਂ ਆਈ, ਇਹਦਾ ਕੀ ਕਾਰਨ ਹੋ ਸਕਦਾ ਜੀ? ਕਾਂਗਰਸ ਦੇ ਵਿੱਚ ਕੋਈ ਬਾਹਲਾ ਫਰਕ ਵਾਲੀ ਗੱਲ ਨਹੀਂ ਹੈਗੀ, ਪਰ ਫਿਰ ਵੀ ਜਿਹੜਾ ਹੈਗਾ ਆ, ਜਦ ਤੱਕ ਅਸੀਂ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਬਰਾਬਰ ਦਾ ਬੈਲੈਂਸ ਰੱਖ ਕੇ ਨਹੀਂ ਚੱਲਾਂਗੇ ਤਾਂ ਉਹਦਾ ਨੁਕਸਾਨ ਸਾਨੂੰ ਚੱਲਣਾ ਹੀ ਪੈਣਾ। ਜੋ ਵੀ ਇਸ ਚੋਣ ਦਾ ਨਤੀਜਾ ਆ ਉਹਦਾ ਇੱਕੋ ਇੱਕ ਵੱਡਾ ਕਾਰਨ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਹਿੰਦੂ ਲੀਡਰਸ਼ਿਪ ਆ ਉਹਨੂੰ ਲਗਾਤਾਰ ਇਗਨੋਰ ਕੀਤਾ ਜਾ ਰਿਹਾ ਆ। ਜਦ ਤੱਕ ਅਸੀਂ ਸੂਬੇ ਦੇ ਵਿੱਚ ਸਾਰੀਆਂ ਕੌਮਾਂ ਦੇ ਵਿੱਚ ਬੈਲੈਂਸ ਰੱਖ ਕੇ ਨਹੀਂ ਚੱਲਾਂਗੇ ਤਾਂ ਉਹਦੇ ਨਤੀਜੇ ਵਧੀਆ ਨਹੀਂ ਆਉਣਗੇ। ਹਿੰਦੂ ਲੀਡਰਸ਼ਿਪ ਨੂੰ ਬਕਾਇਦਾ ਮੌਕਾ ਮਿਲਣਾ ਚਾਹੀਦਾ ਆ। ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ, ਪ੍ਰਧਾਨ ਜੱਟ, ਜਾਖੜ ਉਹ ਵੀ ਜੱਟ, ਉਹਨੂੰ ਹਿੰਦੂ ਦੱਸ ਕੇ ਪ੍ਰਧਾਨ ਬਣਾਇਆ ਗਿਆ, ਉਹ ਵੀ ਜੱਟ। ਔਰ ਤੁਹਾਡਾ ਫੇਸਬੁੱਕ ਦੇ ਉੱਪਰ ਇੱਕ ਟਵੀਟ ਮੈਂ ਪੜ੍ਹਿਆ ਸੀ, ਤੁਹਾਡਾ ਜਿਹੜੀ ਟਿੱਪਣੀ ਤੁਸੀਂ ਕੀਤੀ ਉਸ ਤੁਸੀਂ ਲਵ ਕੁਮਾਰ ਗੋਲਡੀ ਨੂੰ ਇੱਕ ਫਿਊਜ਼ਡ ਬੱਲਬ ਕਿਹਾ ਸੀ ਕਿ ਫਿਊਜ਼ ਬੱਲਬ ਕੁਛ ਨਹੀਂ ਕਰ ਸਕਦਾ। ਮੈਂ ਕਿਸੇ ਦਾ ਨਾਂ ਲਿਖ ਕੇ ਤਾਂ ਲਿਖਿਆ ਨਹੀਂ ਵੀ ਫਿਊਜ਼ ਬੱਲਬ ਕਦੇ ਜਗ ਨਹੀਂ ਸਕਦਾ, ਬਾਕੀ ਦੁਨੀਆ ਨੂੰ ਸਾਰੀ ਨੂੰ ਪਤਾ ਵੀ ਫਿਊਜ਼ ਬੱਲਬ ਹੈ ਕੌਣ ਆ। ਵੀ ਗੱਲ ਸੁਣਨੀ ਚਾਹੀਏ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਕਜ ਕਿਰਪਾਲ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਕਿੰਨੀ ਸੱਚਾਈ ਹੈ? ਕੋਈ ਇੱਕ ਬੰਦਾ ਦੱਸ ਦੇਵੇ ਮੈਂ ਕਿਸੇ ਨੂੰ, ਕੋਈ ਝਾੜੂ ਵਾਲਿਆਂ ਦੇ ਪ੍ਰਚਾਰ ਕਰਨ ਗਿਆ ਹੋਵਾਂ, ਕੋਈ ਮੈਂ ਕਿਤੇ ਉਹਨਾਂ ਦੇ ਬੂਥ 'ਤੇ ਬੈਠਾ ਹੋਵਾਂ। ਸੁਣਨ ਤਾਂ ਇਹ ਵੀ ਆਏ ਆ ਕਿ ਸਾਡਾ ਜਿਹੜਾ ਉਮੀਦਵਾਰ ਆ ਵਿਜੇਇੰਦਰ ਸਿੰਗਲਾ ਉਹ ਟਿਕਟ ਮਿਲਣ ਤੋਂ 4 ਦਿਨ ਪਹਿਲਾਂ ਬੀਜੇਪੀ ਦੇ ਦਫ਼ਤਰ ਘੁੰਮਦਾ ਸੀਗਾ। ਕਾਂਗਰਸ ਪਾਰਟੀ ਦੇ ਤੁਸੀਂ ਇੱਕ ਰੀੜ੍ਹ ਦੀ ਹੱਡੀ ਵੀ ਗੜਸ਼ੰਕਰ ਦੀ ਮੈਂ ਕਹਿ ਸਕਦਾ ਹੈਗਾ। ਅੱਜ ਹੁਣ ਜਿਹੜਾ ਮਾਹੌਲ ਚੱਲ ਰਿਹਾ ਜਿਹੜਾ ਅੱਜ ਪਿਛਲੇ 1-2 ਸਾਲਾਂ ਤੋਂ ਮੈਂ ਦੇਖ ਰਿਹਾ, ਤੁਹਾਡੇ ਅੰਦਰ ਕਾਫੀ ਜਿਹੜੀ ਭੜਕਾਹਟ ਹੈ ਜਾਂ ਤੁਹਾਡੇ ਅੰਦਰ ਕਈ ਅਰਾਜਕਤਾ ਮੈਂ ਕਹਿ ਸਕਦਾ ਹੈ ਨਾ, ਉਹ ਆ ਗਈ ਹੈ ਕਿ ਕਾਂਗਰਸ ਪਾਰਟੀ ਤੁਹਾਨੂੰ ਟਿਕਟ ਨਹੀਂ ਦੇ ਰਹੀ ਜਾਂ ਕਾਂਗਰਸ ਪਾਰਟੀ ਤੁਹਾਨੂੰ ਇੱਥੋਂ ਮਤਲਬ ਇੱਕ ਅਹੁਦਾ ਨਹੀਂ ਦੇ ਰਹੀ? 2007 ਤੋਂ ਬਾਅਦ ਕਾਂਗਰਸ ਪਾਰਟੀ ਨੇ ਮੈਨੂੰ ਭਾਵੇਂ ਇੱਕ ਅਹੁਦਾ ਦਿੱਤਾ ਭਾਵੇਂ ਨਹੀਂ ਦਿੱਤਾ, ਪਰ ਮੈਂ ਕਾਂਗਰਸ ਦੀ ਛੱਡੀ ਨਹੀਂ ਹੈਗੀ। ਮੈਂ ਕਾਂਗਰਸ ਦੇ ਵਿੱਚ ਹੀ ਹਾਂ ਅਤੇ ਕਾਂਗਰਸ ਦੇ ਵਿੱਚ ਹੀ ਰਹਿਣਾ ਆ, ਕਾਂਗਰਸ ਤੋਂ ਕਿਤੇ ਨਹੀਂ ਜਾਣਾ ਮੈਂ, ਭਾਵੇਂ ਕਾਂਗਰਸ ਮੈਨੂੰ ਕੁਛ ਦੇਵੇ ਭਾਵੇਂ ਮੈਨੂੰ ਕਾਂਗਰਸ ਕੁਛ ਨਾ ਦੇਵੇ, ਮੈਨੂੰ ਕੋ ਅਹੁਦਿਆਂ ਦਾ ਲਾਲਚ ਨਹੀਂ ਹੈਗਾ। ਕੰਮ ਕਰਨ ਲਈ ਤੁਹਾਡੇ ਵਿੱਚ ਜਜ਼ਬਾ ਹੋਣਾ ਚਾਹੀਦਾ, ਕੋ ਅਹੁਦਿਆਂ ਨਾਲ ਕੰਮ ਨਹੀਂ ਹੁੰਦੇ। ਔਰ ਬਹੁਤ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ, 37,000 ਤੋਂ ਵੱਧ ਵੋਟਾਂ ਨਾਲ ਉਹਨਾਂ ਨੇ ਜਿਹੜੀ ਜਿੱਤ ਹੈ ਉੱਥੇ ਦਰਜ ਕੀਤੀ ਹੈ ਬਹੁਤ ਵੱਡੇ ਮਾਰਜਨ ਦੇ ਨਾਲ, ਔਰ ਕਾਂਗਰਸ ਪਾਰਟੀ 3 ਨੰਬਰ 'ਤੇ ਰਹਿ ਗਈ ਹੈ। ਉਹਨਾਂ ਨਤੀਜਿਆਂ ਨੂੰ ਦੇਖ ਕੇ ਤੁਸੀਂ 2027 ਦੀਆਂ ਚੋਣਾਂ ਕਿਵੇਂ ਦੇਖ ਰਹੇ ਹੋ? ਮੈਂ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕੋਈ ਐਡਾ ਵੱਡਾ ਜਿਹੜਾ ਹੈਗਾ ਆ ਈਵੈਂਟ ਨਹੀਂ ਗਿਣਦਾ, ਕਿਉਂਕਿ ਆਮ ਤੌਰ 'ਤੇ ਪੰਜਾਬ ਦੇ ਵਿੱਚ ਰਿਵਾਜ਼ ਆ ਕਿ ਜ਼ਿਮਨੀ ਚੋਣਾਂ ਸਰਕਾਰਾਂ ਜਿੱਤੀਆਂ ਹੁੰਦੀਆਂ ਹੈ। ਤੁਸੀਂ ਵਾਰ ਵਾਰ ਹਿੰਦੂ ਪੱਤਾ ਖੇਡ ਰਹੇ ਹੋ, ਵਾਰ ਵਾਰ ਹਿੰਦੂ ਪੱਤਾ ਖੇਡ ਰਹੇ ਹੋ, ਕੀ 2027 ਦੀਆਂ ਚੋਣਾਂ ਦੇ ਵਿੱਚ ਤੁਸੀਂ ਵਿਧਾਨ ਸਭਾ ਦੀ ਗੜਸ਼ੰਕਰ ਹਲਕੇ ਤੋਂ ਟਿਕਟ ਮੰਗ ਰਹੇ ਹੋ? ਹਿੰਦੂ ਕੌਮ ਦੀ ਗੱਲ ਕਰਨਾ, ਕੋਈ ਹਿੰਦੂ ਪੱਤਾ ਨਹੀਂ ਹੈਗਾ ਨਾ ਹਿੰਦੂ ਕਾਰਡ ਹੈਗਾ, ਮੈਂ ਅਸਲੀਅਤ ਨਾਲ ਕਾਂਗਰਸ ਲੀਡਰਸ਼ਿਪ ਨੂੰ ਵਾਕਫ ਕਰਾਉਣਾ ਚਾਹੁੰਦਾ ਹਾਂ। ਨਾ ਇਕੱਲੇ ਹਿੰਦੂਆਂ ਦੀ ਵੋਟਾਂ ਨਾਲ ਕਾਂਗਰਸ ਜਿੱਤ ਸਕਦੀ ਹੈ, ਨਾ ਇਕੱਲੇ ਜੱਟਾਂ ਦੀ ਵੋਟਾਂ ਨਾਲ ਕਾਂਗਰਸ ਜਿੱਤ ਸਕਦੀ ਹੈ, ਨਾ ਇਕੱਲੇ ਐਸਸੀਆਂ ਦੀ ਵੋਟਾਂ ਨਾਲ ਕਾਂਗਰਸ ਜਿੱਤ। ਜਦੋਂ ਤੱਕ ਅਸੀਂ ਸਾਰੀਆਂ ਕੌਮਾਂ ਦੇ ਵਿੱਚ ਬਰਾਬਰ ਦਾ ਬੈਲੈਂਸ ਨਹੀਂ ਰੱਖਾਂਗੇ ਉਦੋਂ ਤੱਕ ਕਾਂਗਰਸ ਨੂੰ ਲੜਾਈ ਬੜੀ ਔਖੀ ਹੋਣੀ ਆ। ਇਹ ਕਾਂਗਰਸ ਨੂੰ 27 ਦੀ ਲੜਾਈ ਲੜਨ ਲਈ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਆ। ਕਿਰਪਾਲ ਜੀ ਸਾਥ ਦੇਣਗੇ ਕਾਂਗਰਸ ਪਾਰਟੀ ਦੀ ਟਿਕਟ ਨਹੀਂ ਮਿਲਦੀ? ਮੈਂ ਅੱਗੇ ਵੀ ਕਾਂਗਰਸ ਦਾ ਸਾਥ ਦਿੱਤਾ, ਮੈਂ ਅੱਗੇ ਵੀ ਕਾਂਗਰਸ ਦੇ ਨਾਲ ਰਿਹਾ, ਮੈਂ ਕਾਂਗਰਸ ਤੋਂ ਕਦੀ ਬਾਹਰ ਨਹੀਂ ਗਿਆ ਅਤੇ ਹੁਣ ਵੀ ਕਾਂਗਰਸ ਦੇ ਨਾਲ ਹੈਗੇ ਹਾਂ, ਪਰ
ਐਤਕੀ ਮੇਰੀ ਇੱਛਾ ਆ ਕਿ ਮੈਂ ਚੋਣ ਲੜਾਂ ਅਤੇ ਪਾਰਟੀ ਮੈਨੂੰ ਚੋਣ ਲੜਾਵੇ। ਮੈਂ ਪਾਰਟੀ ਤੋਂ ਬਾਹਰ ਹੋ ਕੇ ਚੋਣ ਨਹੀਂ ਲੜਨਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ ਔਰ ਮੈਂ ਹਾਂ ਸ਼ਰਨਜੀਤ ਬੈਂਸ। ਜਲੰਧਰ ਪੱਛਮੀ ਸੀਟ ਦੀ ਅੱਜ ਚੋਣ ਨੀਤੀ ਜਿਹੜੇ ਆਏ ਨੇ ਉਹ ਕਾਫੀ ਹੈਰਾਨੀਜਨਕ ਆਏ ਨੇ। ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਵੱਡੇ ਮਾਰਜਨ ਨਾਲ ਜਿੱਤ ਦਰਜ ਕਰਕੇ ਲੋਕ ਸਭਾ ਪਹੁੰਚੇ ਸੀ ਅਤੇ ਇਸ ਵਾਰ ਵਿਧਾਨ ਸਭਾ ਦੀ ਜਿਹੜੀ ਇਹ ਚੋਣ ਹੋਈ ਹੈ ਕਾਂਗਰਸ ਪਾਰਟੀ ਤੀਜੇ ਨੰਬਰ 'ਤੇ ਰਹਿ ਗਈ ਹੈ। ਦੂਜੇ ਨੰਬਰ 'ਤੇ ਭਾਜਪਾ ਦੇ ਅੰਗਰੂਲਾ ਸਾਹਿਬ ਆਏ ਨੇ, ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਪੰਕਜ ਕਿਰਪਾਲ ਜੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਇਹ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੋ ਸਕਦਾ ਕਿ ਜਿਹੜੀ ਕਾਂਗਰਸ ਪਾਰਟੀ ਜਲੰਧਰ ਪੱਛਮੀ ਤੋਂ ਤੀਜੇ ਨੰਬਰ 'ਤੇ ਹੀ ਹੈ। ਪੰਕਜ ਜੀ, ਬਹੁਤ ਬਹੁਤ ਸਵਾਗਤ ਤੁਹਾਡਾ R19 'ਤੇ। ਗੱਲ ਇਹ ਆ, ਥੋੜ੍ਹਾ ਚਿਰ ਪਹਿਲਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਪੰਜਾਬ ਦੀ ਜਨਤਾ ਨੇ ਕਾਂਗਰਸ ਨੂੰ ਬੜਾ ਵੱਡਾ ਫਤਵਾ ਦਿੱਤਾ। 13 ਵਿੱਚੋਂ 7 ਸੀਟਾਂ ਕਾਂਗਰਸ ਦੀ ਝੋਲੀ ਪਾਈਆਂ, ਕਾਂਗਰਸ ਨੂੰ ਜਿਤਾਇਆ। ਉਸ ਤੋਂ ਕੁਛ ਦਿਨਾਂ ਬਾਅਦ ਜਿਹੜੀ ਇਹ ਜ਼ਿਮਨੀ ਚੋਣ ਹੋਈ ਆ ਉਹਦੇ ਜੋ ਨਤੀਜੇ ਆਏ ਆ ਉਹ ਬੜੇ ਹੈਰਾਨੀਜਨਕ ਆ। ਇਹਦੇ ਉੱਤੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਆ। ਮੈਂ ਸਾਰੀ ਜੋ ਵੀ ਇਸ ਚੋਣ ਦਾ ਨਤੀਜਾ ਆ ਉਹਦਾ ਇੱਕੋ ਇੱਕ ਵੱਡਾ ਕਾਰਨ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਹਿੰਦੂ ਲੀਡਰਸ਼ਿਪ ਆ ਉਹਨੂੰ ਲਗਾਤਾਰ ਇਗਨੋਰ ਕੀਤਾ ਜਾ ਰਿਹਾ ਆ, ਜਿਸ ਕਰਕੇ ਸ਼ਹਿਰੀ ਖੇਤਰ ਦੀਆਂ ਸੀਟਾਂ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਚੁੱਕਣਾ ਪੈ ਰਿਹਾ। ਪਿਛਲੀ ਲੋਕ ਸਭਾ ਚੋਣਾਂ ਦਾ ਵੀ ਆਪਾਂ ਨਤੀਜੇ ਦੇਖ ਲਈਏ, 23 ਵਿਧਾਨ ਸਭਾ ਸੀਟਾਂ ਦੇ ਉੱਤੇ BJP ਨੇ ਜਿੱਤ ਦਰਜ ਕੀਤੀ ਆ। ਇਸ ਗੱਲ ਤੋਂ ਕਾਂਗਰਸ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਆ। ਜਦ ਤੱਕ ਅਸੀਂ ਸੂਬੇ ਦੇ ਵਿੱਚ ਸਾਰੀਆਂ ਕੌਮਾਂ ਦੇ ਵਿੱਚ ਬੈਲੈਂਸ ਰੱਖ ਕੇ ਨਹੀਂ ਚੱਲਾਂਗੇ ਅਤੇ ਉਹਦੇ ਨਤੀਜੇ ਵਧੀਆ ਨਹੀਂ ਆਉਣਗੇ। ਹਿੰਦੂ ਲੀਡਰਸ਼ਿਪ ਨੂੰ ਬਕਾਇਦਾ ਮੌਕਾ ਮਿਲਣਾ ਚਾਹੀਦਾ ਆ। ਜਿਹੜੇ ਬੰਦਿਆਂ ਨੇ ਹਿੰਦੂ ਕੌਮ ਦੀ ਖਾਤਰ ਕਦੀ ਅੱਜ ਤੱਕ ਆਵਾਜ਼ ਨਹੀਂ ਚੱਕੀ, ਜਿਹੜੇ ਬੰਦਿਆਂ ਨੇ ਕਦੀ ਹਿੰਦੂ ਕੌਮ ਦੇ ਲਈ ਕੋਈ ਨਾਰਾ ਨਹੀਂ ਮਾਰਿਆ, ਉਹਨਾਂ ਨੂੰ ਜੇ ਤੁਸੀਂ ਅਹੁਦਿਆਂ 'ਤੇ ਬਿਠਾਉਂਗੇ, ਉਹਨਾਂ ਨੂੰ ਸਿਰਫ ਹਿੰਦੂ ਹੋਣ ਕਰਕੇ ਤੁਸੀਂ ਅੱਗੇ ਲੈ ਕੇ ਜਾਓਗੇ। ਇੱਥੋਂ ਤੱਕ ਕਿ ਸੁਨੀਲ ਜਾਖੜ ਜਿਹੜਾ ਕਿ ਇੱਕ ਜੱਟ ਸੀਗਾ ਉਹਨੂੰ ਹਿੰਦੂ ਦੱਸ ਕੇ ਤੁਸੀਂ ਉਹਨੂੰ ਇੰਨੀ ਦੇਰ ਪ੍ਰਧਾਨਗੀ ਕਰਾਉਂਦੇ ਰਹੇ, ਅਤੇ ਅਜਿਹੇ ਜਿਹੜੇ ਹਿੰਦੂਆਂ ਨਾਲ ਤੁਸੀਂ ਇਹ ਲੁਕਣਮੀਚੀ ਵਾਲੀ ਖੇਡ ਖੇਡੂਗੇ ਉਹਨੂੰ ਹਿੰਦੂ ਪੰਜਾਬ ਦਾ ਬਰਦਾਸ਼ਤ ਨਹੀਂ ਕਰੂਗਾ। ਜਿਹੜੇ ਬੰਦਿਆਂ ਦਾ ਹਿੰਦੂਆਂ ਲਈ ਕੋਈ ਯੋਗਦਾਨ ਆ, ਜਿਹੜੇ ਬੰਦੇ ਹਿੰਦੂ ਕੌਮ ਦੀ ਨੁਮਾਇੰਦਗੀ ਕਰਦੇ ਆ, ਜਦ ਤੱਕ ਕਾਂਗਰਸ ਅਜਿਹੇ ਨੁਮਾਇੰਦਿਆਂ ਨੂੰ ਸਹੀ ਮੌਕਾ ਨਹੀਂ ਦਊਗੀ, ਕਿਉਂਕਿ ਪੰਜਾਬ ਦਾ ਹਿੰਦੂ ਸ਼ੁਰੂ ਤੋਂ ਕਾਂਗਰਸ ਦੀ ਰੀੜ੍ਹ ਦੀ ਹੱਡੀ ਰਿਹਾ ਆ। ਪੰਜਾਬ ਦੇ ਹਿੰਦੂ ਨੇ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ ਆ, ਪਰ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੇ ਵਿੱਚ ਲਗਾਤਾਰ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਆ। ਕਈ ਵਾਰ ਸਾਡੇ ਪ੍ਰਧਾਨ ਜੀ ਇੱਕ ਗੱਲ ਕਹਿ ਦਿੰਦੇ ਆ ਕਿ ਹਿੰਦੂਆਂ ਨੂੰ ਆਹ ਅਹੁਦਾ ਦਿੱਤਾ ਉਹ ਦਿੱਤਾ। ਮੈਂ ਬਕਾਇਦਾ ਜੇ ਮੇਰੇ ਕੋਲ ਤੁਸੀਂ ਡਿਬੇਟ ਕਰਦੇ ਹੋ ਤਾਂ ਮੈਂ ਤੁਹਾਨੂੰ ਦੱਸਣ ਨੂੰ ਤਿਆਰ ਹਾਂ ਕਿ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ, ਪ੍ਰਧਾਨ ਜੱਟ, ਜਾਖੜ ਉਹ ਵੀ ਜੱਟ, ਉਹਨੂੰ ਹਿੰਦੂ ਦੱਸ ਕੇ ਪ੍ਰਧਾਨ ਬਣਾਇਆ ਗਿਆ ਉਹ ਵੀ ਜੱਟ। ਮਤਲਬ ਹਿੰਦੂਆਂ ਨੂੰ ਹਰ ਜਗ੍ਹਾ ਜਦੋਂ ਤੁਸੀਂ ਇਗਨੋਰ ਕਰੋਗੇ, ਹਿੰਦੂਆਂ ਨੂੰ ਤਰਜੀਹ ਨਹੀਂ ਦਿਉਂਗੇ, ਤਾਂ ਮੈਂ ਸਮਝਦਾ ਹਾਂ ਕਿ ਹਿੰਦੂ ਕੌਮ ਤੁਹਾਡੇ ਤੋਂ ਵੱਖ ਹੁੰਦੀ ਹੁੰਦੀ ਪਰੇ ਚੱਲ ਜਾਏਗੀ। ਆਪਾਂ ਨੂੰ ਅੱਜ ਲੋੜ ਆ ਕਿ ਅਸੀਂ ਹਿੰਦੂ ਕੌਮ ਨੂੰ ਜੋੜਨ ਦੇ ਲਈ ਉਹਨਾਂ ਦੇ ਨੁਮਾਇੰਦਿਆਂ ਨੂੰ ਬਕਾਇਦਾ ਇੱਜ਼ਤ ਮਾਨ ਦੇਈਏ, ਉਹਨਾਂ ਨੂੰ ਬਣਦਾ ਸਤਿਕਾਰ ਦੇਈਏ, ਅਤੇ ਤਾਂ ਹੀ ਕਾਂਗਰਸ ਅੱਗੇ ਵੱਧ ਸਕਦੀ। ਜਲੰਧਰ ਜਿਵੇਂ ਚੋਣ ਦੀ ਆਪਾਂ ਗੱਲ ਕਰੀਏ
ਅਤੇ ਚਰਨਜੀਤ ਸਿੰਘ ਚੰਨੀ ਜਿਵੇਂ ਪਹਿਲਾਂ ਮੈਂ ਕਿਹਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਇੱਕ ਸੀਟ ਕੱਢ ਕੇ ਗਏ ਆ, ਔਰ 13 ਲੋਕ ਸਭਾ ਸੀਟਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੇ 9 ਸੀਟਾਂ 'ਤੇ ਜਿਹੜੀ ਹੈਗੀ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀ ਕੋਈ ਵੀ ਵੱਡੀ ਲੀਡਰਸ਼ਿਪ ਮੈਨੂੰ ਜਲੰਧਰ ਪੱਛਮੀ ਦੇ ਵਿੱਚ ਪ੍ਰਚਾਰ ਕਰਦੀ ਨਜ਼ਰ ਨਹੀਂ ਆਈ, ਇਹਦਾ ਕੀ ਕਾਰਨ ਹੋ ਸਕਦਾ ਜੀ? ਕਾਂਗਰਸ ਦੇ ਸਾਰੇ ਲੀਡਰਾਂ ਨੇ ਰਲ ਕੇ ਲੜਾਈ ਲੜੀ ਆ, ਇਹ ਪ੍ਰਧਾਨ ਸਾਡੇ ਰਾਜਾ ਵੜਿੰਗ ਜੀ ਉਹ ਵੀ ਲੱਗੇ ਰਹੇ ਆ, ਇਹ ਬਾਜਵਾ ਸਾਹਿਬ ਵੀ ਜਾਂਦੇ ਰਹੇ ਆ, ਸਾਰੇ ਲੀਡਰ ਜਾਂਦੇ ਰਹੇ, ਕੋਈ ਅਜਿਹੀ ਗੱਲ ਨਹੀਂ ਹੈਗੀ ਆ। ਕਾਂਗਰਸ ਦੇ ਵਿੱਚ ਕੋਈ ਬਾਹਲਾ ਫਰਕ ਵਾਲੀ ਗੱਲ ਨਹੀਂ ਹੈਗੀ, ਪਰ ਫਿਰ ਵੀ ਜਿਹੜਾ ਹੈਗਾ ਆ, ਜਦ ਤੱਕ ਅਸੀਂ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਬਰਾਬਰ ਦਾ ਬੈਲੈਂਸ ਰੱਖ ਕੇ ਨਹੀਂ ਚੱਲਾਂਗੇ ਤਾਂ ਉਹਦਾ ਨੁਕਸਾਨ ਸਾਨੂੰ ਚੱਲਣਾ ਹੀ ਪੈਣਾ। ਗੱਲ ਕਰੀਏ ਗੜਸ਼ੰਕਰ ਦੀ, ਤੁਸੀਂ ਗੜਸ਼ੰਕਰ ਹਲਕੇ ਨੂੰ ਕਾਫੀ ਲੰਬੇ ਅਰਸੇ ਤੋਂ ਜਿਹੜਾ ਲੀਡ ਕਰਦੇ ਆ ਰਹੇ ਹੋ ਕਾਂਗਰਸ ਪਾਰਟੀ ਦੇ, ਤੁਸੀਂ ਇੱਕ ਰੀੜ ਦੀ ਹੱਡੀ ਵੀ ਗੜਸ਼ੰਕਰ ਦੀ ਮੈਂ ਕਹਿ ਸਕਦਾ ਹੈਗਾ। ਅੱਜ ਹੁਣ ਜਿਹੜਾ ਮਾਹੌਲ ਚੱਲ ਰਿਹਾ, ਜਿਹੜਾ ਪਿਛਲੇ 1-2 ਸਾਲਾਂ ਤੋਂ ਮੈਂ ਦੇਖ ਰਿਹਾ, ਤੁਹਾਡੇ ਅੰਦਰ ਕਾਫੀ ਜਿਹੜੀ ਭੜਕਾਹਟ ਹੈ ਜਾਂ ਤੁਹਾਡੇ ਅੰਦਰ ਕਈ ਅਰਾਜਕਤਾ ਮੈਂ ਕਹਿ ਸਕਦਾ ਹੈ ਨਾ, ਉਹ ਆ ਗਈ ਹੈ ਕਿ ਕਾਂਗਰਸ ਪਾਰਟੀ ਤੁਹਾਨੂੰ ਟਿਕਟ ਨਹੀਂ ਦੇ ਰਹੀ ਜਾਂ ਕਾਂਗਰਸ ਪਾਰਟੀ ਤੁਹਾਨੂੰ ਇੱਥੋਂ ਮਤਲਬ ਇੱਕ ਅਹੁਦਾ ਨਹੀਂ ਦੇ ਰਹੀ? ਨਹੀਂ, ਕੋਈ ਅਹੁਦਿਆਂ ਵਾਲੀ ਗੱਲ ਨਹੀਂ ਹੈਗੀ ਆ, ਕੋਈ ਭੜਕਾਹਟ ਵਾਲੀ ਗੱਲ ਨਹੀਂ ਹੈਗੀ ਆ। ਮੈਂ 2007 ਦੇ ਵਿੱਚ ਮਾਰ ਕਮੇਟੀ ਦਾ ਚੇਅਰਮੈਨ ਦੇ ਅਹੁਦੇ ਤੋਂ ਉਤਰਿਆ ਸੀਗਾ ਅਕਾਲੀਆਂ ਜਦੋਂ ਸਰਕਾਰ ਬਣੀ ਆ। 2007 ਤੋਂ ਬਾਅਦ ਕਾਂਗਰਸ ਪਾਰਟੀ ਨੇ ਮੈਨੂੰ ਭਾਵੇਂ ਇੱਕ ਅਹੁਦਾ ਦਿੱਤਾ ਭਾਵੇਂ ਨਹੀਂ ਦਿੱਤਾ, ਪਰ ਮੈਂ ਕਾਂਗਰਸ ਦੀ ਛੱਡੀ ਨਹੀਂ ਹੈਗੀ। ਮੈਂ ਕਾਂਗਰਸ ਦੇ ਵਿੱਚ ਹੀ ਹਾਂ ਅਤੇ ਕਾਂਗਰਸ ਦੇ ਵਿੱਚ ਹੀ ਰਹਿਣਾ ਆ, ਕਾਂਗਰਸ ਤੋਂ ਕਿਤੇ ਨਹੀਂ ਜਾਣਾ ਮੈਂ, ਭਾਵੇਂ ਕਾਂਗਰਸ ਮੈਨੂੰ ਕੁਛ ਦੇਵੇ ਭਾਵੇਂ ਮੈਨੂੰ ਕਾਂਗਰਸ ਕੁਛ ਨਾ ਦੇਵੇ, ਮੈਨੂੰ ਕੋਈ ਅਹੁਦਿਆਂ ਦਾ ਲਾਲਚ ਨਹੀਂ ਹੈਗਾ। ਕੰਮ ਕਰਨ ਲਈ ਤੁਹਾਡੇ ਵਿੱਚ ਜਜ਼ਬਾ ਹੋਣਾ ਚਾਹੀਦਾ, ਕੋਈ ਅਹੁਦਿਆਂ ਨਾਲ ਕੰਮ ਨਹੀਂ ਹੁੰਦੇ। ਮੈਂ ਪਾਰਟੀ ਦਾ ਇੱਕ ਛੋਟਾ ਜਿਹਾ ਸਿਪਾਹੀ ਹਾਂ, ਬੜੀ ਛੋਟੀ ਉਮਰ ਤੋਂ ਕਾਂਗਰਸ ਦੇ ਨਾਲ ਜੁੜਿਆ ਹੋਏ ਹਾਂ ਅਤੇ ਬੜਾ ਲੰਬਾ ਅਰਸਾ ਹੋ ਗਿਆ, 34-35 ਸਾਲ ਹੋ ਗਏ ਮੈਨੂੰ ਕਾਂਗਰਸ ਦੀ ਸੇਵਾ ਕਰਦਿਆਂ ਨੂੰ। ਕਾਂਗਰਸ ਜੇ ਕੁਛ ਦੇ ਦਊਗੀ ਤਾਂ ਵੀ ਠੀਕ ਹੈ, ਨਹੀਂ ਦਊਗੀ ਤਾਂ ਵੀ ਠੀਕ ਹੈ, ਅਹੁਦਿਆਂ ਨਾਲ ਮੈਂ ਕਾਂਗਰਸ ਨਾਲ ਨਹੀਂ ਜੁੜਿਆ ਹਾਂ, ਮੈਂ ਹਮੇਸ਼ਾ ਕਾਂਗਰਸ ਨਾਲ ਰਿਹਾ ਹਾਂ ਅਤੇ ਕਾਂਗਰਸ ਨਾਲ ਰਹਿਣਾ ਹੈ। ਇਹ ਵੀ ਗੱਲ ਸੁਣਨੀ ਚਾਹੀਏ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਕਜ ਕਿਰਪਾਲ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆਂ, ਕਿੰਨੀ ਸੱਚਾਈ ਹੈ? ਕੋਈ ਇੱਕ ਬੰਦਾ ਦੱਸ ਦੇਵੇ, ਮੈਂ ਕਿਸੇ ਨੂੰ ਕੋਈ ਝਾੜੂ ਵਾਲਿਆਂ ਦੇ ਪ੍ਰਚਾਰ ਕਰਨ ਗਿਆ ਹੋਵਾਂ, ਕੋਈ ਮੈਂ ਕਿਤੇ ਉਹਨਾਂ ਦੇ ਬੂਥ 'ਤੇ ਬੈਠਾ ਹੋਵਾਂ। ਸੁਣਨ ਤਾਂ ਇਹ ਵੀ ਆਏ ਆ ਕਿ ਸਾਡਾ ਜਿਹੜਾ ਉਮੀਦਵਾਰ ਆ ਵਿਜੇਇੰਦਰ ਸਿੰਗਲਾ, ਉਹ ਟਿਕਟ ਮਿਲਣ ਤੋਂ 4 ਦਿਨ ਪਹਿਲਾਂ ਬੀਜੇਪੀ ਦੇ ਦਫ਼ਤਰ ਘੁੰਮਦਾ ਸੀਗਾ। ਸੁਣਨ ਵਾਲੀਆਂ ਗੱਲਾਂ ਦੇ ਉੱਤੇ ਸਾਰਾ ਯਕੀਨ ਨਹੀਂ ਕੀਤਾ ਜਾ ਸਕਦਾ, ਇੱਦਾਂ ਦੀਆਂ ਹਵਾਵਾਂ ਕਈ ਉੱਡਦੀਆਂ ਰਹਿੰਦੀਆਂ ਆ। ਹੁਣ ਮੈਂ ਜੇ ਕਹਾਂ ਵਿਜੇਇੰਦਰ ਸਿੰਗਲਾ 4 ਦਿਨ ਪਹਿਲਾਂ ਬੀਜੇਪੀ ਦਫ਼ਤਰ ਘੁੰਮਦਾ ਸੀਗਾ, ਲੋਕ ਇੱਦਾਂ ਦੀਆਂ ਅਫਵਾਹਾਂ ਉਡਾਉਂਦੇ ਆ ਇੱਕ ਦੂਜੇ ਨੂੰ ਬਦਨਾਮ ਕਰਨ ਲਈ, ਇਹ ਕੋਈ ਗੱਲ ਨਹੀਂ ਹੁੰਦੀ। ਮੈਂ ਕਾਂਗਰਸ ਦਾ ਸਿਪਾਹੀ ਹਾਂ, ਮੈਂ ਕਾਂਗਰਸ ਦੇ ਨਾਲ ਹਾਂ। ਮੈਂ ਤਾਂ ਐਤਕੀ ਇਲੈਕਸ਼ਨ ਜ਼ਿਆਦਾ ਟਾਈਮ ਅਮੇਠੀ ਰਿਹਾ, ਪੰਡਿਤ ਕਿਸ਼ੋਰੀ ਲਾਲ ਸ਼ਰਮਾ ਜੀ ਦੇ ਉੱਥੇ ਚੋਣ ਪ੍ਰਚਾਰ ਦੇ ਵਿੱਚ ਮੈਂ ਜ਼ਿਆਦਾਤਰ ਟਾਈਮ ਉੱਥੇ ਕੱਟਿਆ। ਮੈਂ ਤਾਂ ਗੜਸ਼ੰਕਰ ਆਇਆ ਬੜਾ ਘੱਟ ਹਾਂ, ਅਤੇ ਵਿਰੋਧ ਜਾਂ ਨਾ ਵਿਰੋਧ ਵਾਲਾ ਤਾਂ ਕੋਈ ਇਸ਼ੂ ਨਹੀਂ ਪੈਦਾ ਹੁੰਦਾ। ਸਾਬਕਾ MLA ਲਵ ਕੁਮਾਰ ਗੋਲਡੀ ਇੱਕ ਵਾਰੀ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀ ਪਾਰਟੀ ਸ਼ਾਮਿਲ ਹੋ ਗਿਆ, ਹੁਣ ਫਿਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੁਆਰਾ ਜੁਆਇਨ ਕਰ ਲਈ ਹੈ, ਔਰ ਤੁਹਾਡੇ ਬਹੁਤ ਹੀ ਨੇੜਲੇ ਮਿੱਤਰ ਮਨੀਸ਼ ਤਿਵਾੜੀ ਜੀ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਦੁਆਰਾ ਜੁਆਇਨ ਕਰਾਈ ਹੈ, ਔਰ ਤੁਹਾਡਾ ਫੇਸਬੁੱਕ ਦੇ ਉੱਪਰ ਇੱਕ ਟਵੀਟ ਮੈਂ ਪੜ੍ਹਿਆ ਸੀ, ਤੁਹਾਡਾ ਜਿਹੜੀ ਟਿੱਪਣੀ ਤੁਸੀਂ ਕੀਤੀ ਉਸ, ਤੁਸੀਂ ਲਵ ਕੁਮਾਰ ਗੋਲਡੀ ਨੂੰ ਇੱਕ ਫਿਊਜ਼ਡ ਬੱਲਬ ਕਿਹਾ ਸੀ ਕਿ ਫਿਊਜ਼ ਬੱਲਬ ਕੁਛ ਨਹੀਂ ਕਰ ਸਕਦਾ, ਹੈ ਨਾ? ਅਤੇ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਪਾਰਟੀ ਦੁਆਰਾ ਲਵ ਕੁਮਾਰ ਗੋਲਡੀ ਨੂੰ ਟਿਕਟ ਦਊਗੀ ਜਾਂ ਨਹੀਂ ਦਊਗੀ? ਮੈਂ ਕਿਸੇ ਦਾ ਨਾਂ ਲਿਖ ਕੇ ਤਾਂ ਲਿਖਿਆ ਨਹੀਂ ਵੀ ਫਿਊਜ਼ ਬੱਲਬ ਕਦੇ ਜਗ ਨਹੀਂ ਸਕਦਾ, ਬਾਕੀ ਦੁਨੀਆ ਨੂੰ ਸਾਰੀ ਨੂੰ ਪਤਾ ਵੀ ਫਿਊਜ਼ ਬੱਲਬ ਹੈ ਕੌਣ ਆ, ਉਹ ਮੈਨੂੰ ਸਪਸ਼ਟ ਕਰਨ ਦੀ ਵੀ ਲੋੜ ਹੈ ਨਹੀਂ ਗੀ। ਪਰ ਮੈਂ ਇੱਕ ਗੱਲ ਕਹਿੰਦਾ ਹਾਂ, ਟਿਕਟ ਕਾਂਗਰਸ ਇਹਨਾਂ ਨੂੰ ਦੇ ਲਵੇ, ਟਿਕਟ ਇਹਨਾਂ ਨੂੰ ਨਾ ਦੇ ਲਵੇ,
ਅਤੇ ਜਿਹੜਾ ਚੈਪਟਰ ਕਲੋਜ਼ ਹੋ ਚੁੱਕਾ ਉਹਦੇ ਬਾਰੇ ਹੁਣ ਵਾਰ ਵਾਰ ਗੱਲ ਕਰਨ ਦੀ ਲੋੜ। ਤੁਸੀਂ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਵੀ ਇੱਕ ਬੰਦਾ ਪਾਰਟੀ ਛੱਡ ਕੇ ਦੁਬਾਰਾ ਫਿਰ ਤੁਸੀਂ ਪਾਰਟੀ ਸ਼ਾਮਿਲ ਕਰਵਾ ਰਹੇ ਹੋ? ਪਾਰਟੀ ਦੇ ਵਿੱਚ ਜੇ ਕੋਈ ਬੰਦਾ ਆਉਂਦਾ ਆ ਪਾਰਟੀ ਦੀ ਵਿਚਾਰਧਾਰਾ ਦੇ ਨਾਲ, ਜੇ ਕੋਈ ਸਹਿਮਤ ਹੁੰਦਾ ਆ, ਜੇ ਸਾਡਾ ਪਰਿਵਾਰ ਵੱਧਦਾ ਆ, ਉਹਦੇ ਵਿੱਚ ਵਿਰੋਧ ਦਾ ਕੋਈ ਇਸ਼ੂ ਨਹੀਂ ਪੈਦਾ ਹੁੰਦਾ। ਕੋਈ ਬੰਦਾ ਵੀ ਜੇ ਅੱਜ ਕਾਂਗਰਸ ਨੂੰ ਛੱਡ ਕੇ ਚੱਲ ਜਾਂਦਾ ਆ, ਕੱਲ੍ਹ ਨੂੰ ਉਹਦੀ ਵਿਚਾਰਧਾਰਾ ਦੋ, ਬੇਸਿਕਲੀ ਕਈ ਬੰਦੇ ਕਈ ਵਾਰ ਜਜ਼ਬਾਤੀ ਹੋ ਕੇ ਪਾਰਟੀ ਛੱਡ ਦਿੰਦੇ ਆ ਮੁੜ ਕੇ, ਪਰ ਜਿਹੜੀ ਵਿਚਾਰਧਾਰਾ ਹੁੰਦੀ ਉਹ ਪਾਰਟੀਆਂ ਜੁੜੀਆਂ ਹੁੰਦੀ, ਦੁਬਾਰਾ ਆਪਣੇ ਘਰ 'ਚ ਵਾਪਸ ਆ ਜਾਂਦੇ ਆ। ਮੈਂ ਕੋਈ ਇਹਦੇ ਵਿੱਚ ਕੋਈ ਐਡੀ ਗੱਲ ਨਹੀਂ ਸਮਝਦਾ ਵੀ ਕੋਈ ਚਲਾ ਗਿਆ ਜਾਂ ਕੋਈ ਆ ਗਿਆ। ਕਾਂਗਰਸ ਇੱਕ ਬੜਾ ਵੱਡਾ ਸਮੁੰਦਰ ਆ, ਇਹਦੇ ਵਿੱਚ ਕੋਈ ਚੱਲ ਜਾਵੇ, ਇਹਦੇ ਵਿੱਚ ਕੋਈ ਆ ਜਾਵੇ, ਕਿਸੇ ਨੂੰ ਕੋਈ ਵਾਲਾ ਫਰਕ ਨਹੀਂ ਪੈਂਦਾ। ਅਤੇ ਕਾਂਗਰਸ ਆਪਣਾ ਵਹਾ ਲੈਂਦੀ ਰਹਿੰਦੀ ਆ। ਕਈ ਵਾਰ ਲੋਕਾਂ ਨੇ ਕਿਹਾ, ਮੋਦੀ ਸਾਹਿਬ ਰੋਜ਼ ਕਹਿੰਦੇ ਰਹੇ ਵੀ ਕਾਂਗਰਸ ਖਤਮ, ਕਾਂਗਰਸ ਖਤਮ, ਤੁਹਾਡੇ ਸਾਹਮਣੇ ਕਾਂਗਰਸ ਨੇ ਬੜਾ ਵਧੀਆ ਰੀਬੈਕ ਕੀਤਾ ਆ। ਈਵਨ ਕਿ ਜਿਹੜੀਆਂ ਹੁਣ ਵੀ ਚੋਣਾਂ ਹੋਈਆਂ ਆ, ਆਪਾਂ ਇਕੱਲੀ ਜਲੰਧਰ ਵਾਲੀ ਚੋਣ ਨੂੰ ਛੱਡ ਦਈਏ, ਬਾਕੀ ਸੂਬਿਆਂ ਜਿਹੜੀਆਂ ਚੋਣਾਂ ਹੋਈਆਂ ਆ, ਕਾਂਗਰਸ ਨੇ ਬੜਾ ਵਧੀਆ ਪਰਫੋਰਮੈਂਸ ਕੀਤਾ ਆ। ਹਿਮਾਚਲ 'ਚ 3-2 ਸੀਟਾਂ ਜਿੱਤੇ ਆ, ਉੱਤਰਾਖੰਡ 'ਚ ਸੀਟਾਂ ਜਿੱਤੇ ਆ, ਅਤੇ ਤਾਮਿਲਨਾਡੂ 'ਚ ਸਾਡੇ ਸਹਿਯੋਗੀ ਦਲ ਜਿੱਤੇ ਆ। ਇਹ ਮੈਂ ਸਮਝਦਾ ਹਾਂ ਕਿ ਹਿੰਦੁਸਤਾਨ ਦੇ ਵਿੱਚ ਇਹ ਇੱਕ ਬਦਲਾਵ ਦਾ ਸੰਕੇਤ ਆ, ਇੱਕ ਲੋਕਾਂ ਦੀ ਸੋਚ ਵਿੱਚ ਬਦਲਾਵ ਆ ਰਿਹਾ। ਲੋਕ ਕਾਂਗਰਸ ਵੱਲ ਨੂੰ ਦੁਬਾਰਾ ਆਉਣਾ ਚਾਹੁੰਦੇ ਆ, ਲੋਕ ਕਾਂਗਰਸ ਵੱਲ ਨੂੰ ਦੁਬਾਰਾ ਮੁੜਨਾ ਚਾਹੁੰਦੇ ਆ। ਅਤੇ ਮੈਂ ਸਮਝਦਾ ਹਾਂ ਕਿ ਲੋਕ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਪਸੰਦ ਕਰਨ ਲੱਗੇ ਆ, ਲੋਕ ਰਾਹੁਲ ਗਾਂਧੀ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਹੋਏ ਦੁਬਾਰਾ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ। ਅਤੇ ਇਹੀ ਇੱਕ ਜਿਹੜੀ ਇਹ ਹੌਲੀ ਹੌਲੀ ਲਹਿਰ ਤੋਂ ਹੀ ਵੱਡੀਆਂ ਲਹਿਰਾਂ ਬਣਦੀਆਂ ਆ। ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਪੁਰਾਣਾ ਸਮਾਂ ਦੁਬਾਰਾ ਆਊਗਾ। ਲੋਕ ਕਾਂਗਰਸ ਨੂੰ ਪਿਆਰ ਕਰਦੇ ਆ, ਲੋਕ ਕਾਂਗਰਸ ਨਾਲ ਨੂੰ ਚਾਹੁੰਦੇ ਆ। ਮੇਰੇ ਵਰਗਾ ਵੀ ਛੱਡ ਕੇ ਚੱਲ ਜਾਵੇ ਜਾਂ ਗੋਲਡੀ ਵਰਗਾ ਚੱਲ ਜਾਵੇ ਜਾਂ ਕੋਈ ABCD ਕੋਈ ਹੋਰ ਚੱਲ ਜਾਵੇ, ਉਹਦੇ ਨਾਲ ਕਾਂਗਰਸ ਨੂੰ ਫਰਕ ਨਹੀਂ ਪੈਂਦਾ। ਕਾਂਗਰਸ ਇੱਕ ਬੜਾ ਵੱਡਾ ਸਮੁੰਦਰ ਆ, ਬੜੇ ਵੱਡੇ ਵੱਡੇ ਬੰਦੇ ਕਾਂਗਰਸ ਛੱਡ ਕੇ ਗਏ, ਮੁੜ ਕੇ ਦੁਬਾਰਾ ਮਿਹਨਤਾਂ ਕਰਕੇ ਆਏ ਆ। ਇਸ ਕਰਕੇ ਕਾਂਗਰਸ ਦਾ ਜਿਹੜਾ ਵਜੂਦ ਆ ਉਹ ਇਹਨਾਂ ਗੱਲਾਂ ਨਾਲ ਖਤਮ ਨਹੀਂ ਹੁੰਦਾ। ਇਹ ਗੋਲਡੀ ਦੇ ਆਉਣ ਦੇ ਨਾਲ ਕੋਈ ਫਰਕ ਨਹੀਂ ਪਿਆ, ਗੋਲਡੀ ਦੇ ਜਾਣ ਨਾਲ ਕੋਈ ਫਰਕ ਨਹੀਂ ਪਿਆ। ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਦੁਨੀਆ ਨੂੰ ਪਤਾ ਆ ਉਹ ਕੀ ਹੈਗਾ ਆ ਅਤੇ ਕੀ ਨਹੀਂ ਹੈਗਾ ਆ, ਅਤੇ ਮੈਂ ਉਹਦੇ ਬਾਰੇ ਕੋਈ ਮੀਡੀਆ ਸਾਹਮਣੇ, ਪ੍ਰੈਸ ਸਾਹਮਣੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਬਾਕੀ ਲੋਕਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ, ਲੋਕ ਚੰਗੀ ਤਰ੍ਹਾਂ ਭਲੀ ਭਾਂਤੀ ਜਾਣਦੇ ਆ ਵੀ ਉਹ ਕੀ ਹੈ ਅਤੇ ਕੀ ਨਹੀਂ ਹੈ। ਅੱਜ ਦੇ ਨਤੀਜਿਆਂ ਨੂੰ ਦੇਖ ਕੇ ਤੁਸੀਂ 2027 ਦੀਆਂ ਚੋਣਾਂ ਨੂੰ ਕਿਵੇਂ ਦੇਖਦੇ ਹੋ? ਅੱਜ ਦੇ ਜਿਹੜੇ ਨਤੀਜੇ ਆਏ, ਜਲੰਧਰ ਜੀਵਨੀ ਦੀ ਜਿਹੜੀ ਚੋਣ ਹੋਈ ਹੈ, ਕਾਂਗਰਸ ਪਾਰਟੀ 3 ਨੰਬਰ 'ਤੇ ਰਹੀ ਹੈ ਔਰ ਬਹੁਤ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ। 37,000 ਤੋਂ ਵੱਧ ਵੋਟਾਂ ਨਾਲ ਉਹਨਾਂ ਨੇ ਜਿਹੜੀ ਜਿੱਤ ਹੈ ਉੱਥੇ ਦਰਜ ਕੀਤੀ ਹੈ, ਬਹੁਤ ਵੱਡੇ ਮਾਰਜਨ ਦੇ ਨਾਲ, ਔਰ ਕਾਂਗਰਸ ਪਾਰਟੀ 3 ਨੰਬਰ 'ਤੇ ਰਹਿ ਗਈ ਹੈ। ਉਹਨਾਂ ਨਤੀਜਿਆਂ ਨੂੰ ਦੇਖ ਕੇ ਤੁਸੀਂ 2027 ਦੀਆਂ ਚੋਣਾਂ ਕਿਵੇਂ ਦੇਖਦੇ ਹੋ? ਮੈਂ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕੋਈ ਐਡਾ ਵੱਡਾ ਜਿਹੜਾ ਹੈਗਾ ਆ ਈਵੈਂਟ ਨਹੀਂ ਗਿਣਦਾ, ਕਿਉਂਕਿ ਆਮ ਤੌਰ 'ਤੇ ਪੰਜਾਬ ਦੇ ਵਿੱਚ ਰਿਵਾਜ਼ ਆ ਕਿ ਜ਼ਿਮਨੀ ਚੋਣਾਂ ਸਰਕਾਰਾਂ ਜਿੱਤੀਆਂ ਹੁੰਦੀਆਂ ਹੈ। ਪਰ ਜਿਹੜੀ ਸੋਚਣ ਵਾਲੀ ਗੱਲ ਇਹ ਆ ਕਿ ਜਿਹੜੀ BJP ਆ ਉਹ 2 ਨੰਬਰ 'ਤੇ ਆਈ ਆ ਅਤੇ ਅਸੀਂ 3 ਨੰਬਰ 'ਤੇ ਆਏ ਹਾਂ। ਇਹਦਾ ਮਤਲਬ ਜਿਹੜਾ ਸ਼ਹਿਰੀ ਖੇਤਰ ਆ ਉਹਦਾ ਹਿੰਦੂ ਜਿਹੜਾ ਹੈਗਾ ਆ ਉਹ ਕਾਂਗਰਸ ਨਾਲ ਕਿਸੇ ਨਾਲ ਕਿਸੇ ਗੱਲ ਕਰਕੇ ਨਾਰਾਜ਼ ਆ। ਉਹਦੀ ਨਾਰਾਜ਼ਗੀ ਨੂੰ ਸਾਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਆ। ਆਉਣ ਵਾਲੇ ਦਿਨਾਂ ਵਿੱਚ 4 ਹੋਰ ਜ਼ਿਮਨੀ ਚੋਣਾਂ ਆਉਣ ਵਾਲੀਆਂ ਆ, ਉਹਨਾਂ 4 ਜ਼ਿਮਨੀ ਚੋਣਾਂ ਲਈ ਸਾਨੂੰ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਆ। ਮੈਂ ਜਿੱਦਾਂ ਪਹਿਲਾਂ ਕਿਹਾ, ਮੈਂ ਦੁਬਾਰਾ ਵੀ ਉਹੀ ਗੱਲ ਕਹਿੰਦਾ ਕਿ ਸਾਨੂੰ ਜਦ ਤੱਕ ਅਸੀਂ ਹਿੰਦੂ ਲੀਡਰਸ਼ਿਪ ਨੂੰ ਸਹੀ ਢੰਗ ਨਾਲ ਮੌਕਾ ਨਹੀਂ ਦੇਵਾਂਗੇ, ਉਹਨਾਂ ਨੂੰ ਬਕਾਇਦਾ ਨੁਮਾਇੰਦਗੀ ਨਹੀਂ ਦੇਵਾਂਗੇ, ਤਾਂ ਇਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪਏਗਾ। ਅਤੇ ਸਾਨੂੰ ਲੋੜ ਆ ਕਿ ਹਿੰਦੂ ਲੀਡਰਸ਼ਿਪ ਨੂੰ ਉਹਦਾ ਬਣਦਾ ਮਾਣ ਸਨਮਾਨ ਸਤਿਕਾਰ ਦਿੱਤਾ ਜਾਵੇ। ਸਿਰਫ ਇਹ ਨਹੀਂ ਹੈਗਾ ਵੀ ਜਿਹੜਾ ਕੋਈ ਹਿੰਦੂ ਲੀਡਰ ਸੈਂਟਰ ਲੀਡਰਸ਼ਿਪ ਦੇ ਨੇੜੇ ਆ ਜਾਂ ਸੂਬਾ ਲੀਡਰਸ਼ਿਪ ਦੇ ਨੇੜੇ ਆ ਉਹਨੂੰ ਆਪਾਂ ਅੱਗੇ ਲਿਆ ਕੇ ਕੁਰਸੀਆਂ 'ਤੇ ਬਿਠਾ ਦਈਏ,
ਐਮ ਪੀ ਦੀਆਂ ਟਿਕਟਾਂ ਦੇ ਦਈਏ। ਮੈਂ ਸਮਝਦਾ ਕਿ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਬਹੁਤ ਵਧੀਆ ਵਧੀਆ ਕੈਂਡੀਡੇਟ ਸੀਗੇ, ਉਹਨਾਂ ਵਿੱਚੋਂ ਆਪਾਂ ਕਿਸੇ ਨੂੰ ਚੋਣ ਦਿੰਦੇ। ਸਾਨੂੰ ਬਾਹਰੋਂ ਲਿਆ ਕੇ ਜਦੋਂ ਅਸੀਂ ਬੰਦਿਆਂ ਨੂੰ ਸਿੱਟਦੇ ਹਾਂ ਉਹਦਾ ਵੀ ਨੁਕਸਾਨ ਚੱਲਣਾ ਪੈਂਦਾ ਆ। ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਸੋਚਣਾ ਚਾਹੀਦਾ ਆ ਕਿ ਲੋਕਲ ਨੁਮਾਇੰਦਿਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਣਾ ਚਾਹੀਦਾ। ਮਾਣਯੋਗ ਕੇ ਪੀ ਰਾਣਾ ਜੀ ਸਾਡੇ ਸਪੀਕਰ ਰਹੇ ਆ, ਉਹ ਬੜੇ ਵਧੀਆ ਲੀਡਰ ਹੈਗੇ ਆ, ਹਿੰਦੂ ਕੌਮ ਦੀ ਨੁਮਾਇੰਦਗੀ ਕਰਦੇ ਹੈਗੇ ਆ। ਉਹਨਾਂ ਵਰਗੇ ਆਗੂਆਂ ਨੂੰ ਅਸੀਂ ਅੱਗੇ ਲੈ ਕੇ ਆਈਏ, ਉਹਨਾਂ ਨੂੰ ਪੰਜਾਬ 'ਚ ਮੌਕਾ ਦਈਏ, ਤਾਂ ਮੈਂ ਸਮਝਦਾ ਕਿ ਕਾਂਗਰਸ ਹੋਰ ਮਜ਼ਬੂਤ। ਤੁਸੀਂ ਵਾਰ ਵਾਰ ਹਿੰਦੂ ਪੱਤਾ ਖੇਡ ਰਹੇ ਹੋ, ਵਾਰ ਵਾਰ ਹਿੰਦੂ ਪੱਤਾ ਖੇਡ ਰਹੇ ਹੋ, ਕੀ 2027 ਦੀਆਂ ਚੋਣਾਂ ਦੇ ਵਿੱਚ ਤੁਸੀਂ ਵਿਧਾਨ ਸਭਾ ਦੀ ਗੜਸ਼ੰਕਰ ਹਲਕੇ ਤੋਂ ਟਿਕਟ ਮੰਗ ਰਹੇ ਹੋ? ਹਿੰਦੂ ਕੌਮ ਦੀ ਗੱਲ ਕਰਨਾ, ਕੋਈ ਹਿੰਦੂ ਪੱਤਾ ਨਹੀਂ ਹੈਗਾ, ਨਾ ਹਿੰਦੂ ਕਾਰਡ ਹੈਗਾ। ਮੈਂ ਅਸਲੀਅਤ ਨਾਲ ਕਾਂਗਰਸ ਲੀਡਰਸ਼ਿਪ ਨੂੰ ਵਾਕਫ ਕਰਾਉਣਾ ਚਾਹੁੰਦਾ ਹਾਂ। ਨਾ ਇਕੱਲੇ ਹਿੰਦੂਆਂ ਦੀ ਵੋਟਾਂ ਨਾਲ ਕਾਂਗਰਸ ਜਿੱਤ ਸਕਦੀ ਆ, ਨਾ ਇਕੱਲੇ ਜੱਟਾਂ ਦੀ ਵੋਟਾਂ ਨਾਲ ਕਾਂਗਰਸ ਜਿੱਤ ਸਕਦੀ ਆ, ਨਾ ਇਕੱਲੇ ਐਸੀਆਂ ਦੀ ਵੋਟਾਂ ਨਾਲ ਕਾਂਗਰਸ ਜਿੱਤ। ਜਦੋਂ ਤੱਕ ਅਸੀਂ ਸਾਰੀਆਂ ਕੌਮਾਂ ਦੇ ਵਿੱਚ ਬਰਾਬਰ ਦਾ ਬੈਲੈਂਸ ਨਹੀਂ ਰੱਖਾਂਗੇ ਉਦੋਂ ਤੱਕ ਕਾਂਗਰਸ ਨੂੰ ਲੜਾਈ ਬੜੀ ਔਖੀ ਹੋਣੀ ਆ। ਇਹ ਕਾਂਗਰਸ ਨੂੰ 27 ਦੀ ਲੜਾਈ ਲੜਨ ਲਈ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਆ। ਅਤੇ ਬਾਕੀ ਰਹੀ 27 ਦੀ ਟਿਕਟ ਦੀ ਗੱਲ, ਮੈਂ ਟਿਕਟ ਮੰਗਦਿਆਂ ਨੂੰ ਕਈ ਸਾਲ ਹੋ ਗਏ ਆ, ਪਾਰਟੀ ਨੇ ਨਹੀਂ ਮੌਕਾ ਦਿੱਤਾ, ਇਹ ਪਾਰਟੀ ਦੀ ਮਰਜ਼ੀ ਆ। ਮੈਂ ਦੁਬਾਰਾ ਬੇਨਤੀ ਕਰੂੰਗਾ ਪਾਰਟੀ ਨੂੰ, ਜੇ ਪਾਰਟੀ ਦੀ ਮਰਜ਼ੀ ਹੋਊਗੀ ਪਾਰਟੀ ਲੜਾ ਦਊਗੀ, ਨਹੀਂ ਕਹੂਗੇ ਤਾਂ ਵੀ ਅਸੀਂ ਪਾਰਟੀ ਦੇ ਨਾਲ ਆ, ਅਸੀਂ ਪਾਰਟੀ ਤੋਂ ਬਾਹਰੇ ਤਾਂ ਜਾਂਦੇ ਨਹੀਂ, ਪਾਰਟੀ ਦੇ ਨਾਲ ਰਵਾਂਗੇ। ਪਰ ਗੱਲ ਇਹ ਆ ਕਿ 35 ਸਾਲ ਮੈਂ ਇਸ ਕਾਂਗਰਸ ਲਈ ਸਮਰਪਿਤ ਕੀਤੇ ਆ। ਮੈਂ ਆਪਣਾ ਸਾਰਾ ਜਿਹੜੀ ਉਮਰ ਦੇ ਵਿੱਚ ਨੌਜਵਾਨ ਖੇਡਾਂ ਖੇਡਦੇ ਆ, ਕ੍ਰਿਕਟ ਖੇਡਦੇ ਆ, ਮੈਂ ਉਹ ਟਾਈਮ ਵੀ ਕਾਂਗਰਸ ਨੂੰ ਦਿੱਤਾ ਆ, ਮੈਂ ਆਪਣੀ ਜਵਾਨੀ ਵੀ ਕਾਂਗਰਸ ਨੂੰ ਦਿੱਤੀ ਆ, ਅਤੇ ਮੇਰਾ ਹੱਕ ਵੀ ਬਣਦਾ ਆ। ਮੈਂ ਕੋਈ ਇਹ ਨਹੀਂ ਕਹਿੰਦਾ, ਪਰ ਕਾਂਗਰਸ ਦੀ ਲੀਡਰਸ਼ਿਪ ਉਹ ਬੈਟਰ ਸੋਚ ਸਕਦੀ ਆ, ਉਹਨਾਂ ਨੂੰ ਪਤਾ ਵੀ ਉਹਨਾਂ ਨੇ ਇੱਥੇ ਕੀ ਫੈਸਲਾ ਕਰਨਾ ਅਤੇ ਕੀ ਨਹੀਂ ਕਰਨਾ, ਬਾਕੀ ਉਹ ਜੋ ਵੀ ਫੈਸਲਾ ਕਰਨਗੇ। ਪਰ ਮੈਂ ਜਿਹੜੀ ਇੱਕ ਗੱਲ ਦੁਬਾਰਾ ਕਹਿ ਰਿਹਾ ਕਿ ਜਦ ਤੱਕ ਅਸੀਂ ਸਾਰਿਆਂ ਕੌਮਾਂ ਦੇ ਵਿੱਚ ਬਰਾਬਰ ਬੈਲੈਂਸ ਨਹੀਂ ਰੱਖਾਂਗੇ ਉਦੋਂ ਤੱਕ ਜਿਹੜਾ ਹੈਗਾ ਆ ਇਹ ਕਾਂਗਰਸ ਨੂੰ 27 ਜਿਹੜਾ ਹੈਗਾ ਆ ਉਹਦੇ ਲਈ ਬੜੀ ਮਿਹਨਤ ਕਰਨੀ ਪੈਣੀ ਆ। ਅਤੇ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਅਤੇ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ 27 'ਚ ਬਣਾਉਣ ਲਈ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਆ, ਅਤੇ ਉਹਦੇ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਜੁਟਣਾ ਪੈਣਾ ਹੈ। ਮੰਗ ਜੀ, ਕਿਤੇ ਨਾ ਕਿਤੇ ਮਨ ਵਿੱਚ ਗੁੱਸਾ ਹੈਗਾ, ਜਿਵੇਂ ਤੁਸੀਂ ਵਾਰ ਵਾਰ ਕਹਿ ਰਹੇ ਕਿ ਮੈਂ 35 ਸਾਲ ਮੇਰੀ ਜਿਹੜੀ ਹੋ ਗਏ, ਲੰਬਾ ਅਰਸਾ ਹੋ ਗਿਆ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਨੂੰ, ਟਿਕਟ ਨਹੀਂ ਮਿਲੀ, ਟਿਕਟ ਨਹੀਂ ਦਿੱਤੀ ਗਈ, ਕਿਤੇ ਨਾ ਕਿਤੇ ਮਨ ਵਿੱਚ ਗੁੱਸਾ ਹੈਗਾ ਤੁਹਾਡੇ? ਗੁੱਸਾ ਤਾਂ ਨਹੀਂ ਕਹਿ ਸਕਦਾ, ਪਰ ਮਨ ਦੇ ਵਿੱਚ ਕਿਤੇ ਕਿਤੇ ਟੀਸ ਜੀ ਉੱਠਦੀ ਆ ਵੀ ਇੰਨਾ ਲੰਬਾ ਸਮਾਂ ਅਸੀਂ ਪਾਰਟੀ ਲਈ ਮਿਹਨਤ ਕੀਤੀ। ਮੈਂ ਕਈ ਐਮ ਪੀਜ਼ ਦੇ ਨਾਲ ਕੰਮ ਕੀਤਾ, ਹਲਕੇ ਦੇ ਵਿੱਚ ਬੜੀ ਮਿਹਨਤ ਕੀਤੀ ਆ, ਹਰ ਪਿੰਡ ਦੇ ਵਿੱਚ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਨੂੰ ਹਮੇਸ਼ਾ ਉਠਾਉਂਦੇ ਰਹੇ ਹਾਂ, ਲੋਕਾਂ ਦੇ ਕੰਮਾਂ ਨੂੰ। ਮੈਂ ਕੋਈ ਅਜਿਹਾ ਗਰਾਸ ਰੂਟ ਦਾ ਇਲੈਕਸ਼ਨ ਨਹੀਂ ਹੈਗਾ ਜਿਹੜਾ ਲੜ ਕੇ ਮੈਂ ਜਾਂ ਮੇਰੇ ਪਰਿਵਾਰ ਨੇ ਨਾ ਜਿੱਤਿਆ ਹੋਵੇ। ਮੈਂ ਬਾਰ ਐਸੋਸੀਏਸ਼ਨ ਦਾ 9 ਵਾਰ ਇਲੈਕਟਡ ਪ੍ਰਧਾਨ ਆ, ਮੈਂ ਨੋਮੀਨੇਟਡ ਨਹੀਂ ਹੈਗਾ, ਅਤੇ ਨਾਲੇ ਮੈਨੂੰ ਕੋਈ ਕਾਂਗਰਸ ਔਰਗਨਾਈਜੇਸ਼ਨ ਨੇ ਨਹੀਂ ਬਣਾਇਆ, ਮੈਨੂੰ ਮੇਰੇ ਵਕੀਲ ਭਾਈਚਾਰੇ ਨੇ ਬਣਾਇਆ। ਮੈਂ ਕੋਆਪਰੇਟਿਵ ਸੁਸਾਇਟੀ ਦਾ ਮੈਂ ਪ੍ਰਧਾਨ ਇਲੈਕਟਡ ਰਿਹਾ, ਮੈਂ ਡਿਸਟ੍ਰਿਕਟ ਕੋਆਪਰੇਟਿਵ ਯੂਨੀਅਨ ਦਾ, ਜਦਕਿ ਇੱਕ ਸਾਡੇ ਜ਼ਿਲ੍ਹੇ ਦਾ ਮੰਤਰੀ ਮੇਰਾ ਡਟ ਕੇ ਵਿਰੋਧ ਕਰਦਾ ਸੀ, ਮੈਂ ਫਿਰ ਵੀ ਇਲੈਕਸ਼ਨ ਜਿੱਤ ਕੇ ਬਣਿਆ। ਮੇਰੀ ਵਾਈਫ ਮਿਊਂਸੀਪਲ ਕੌਂਸਲਰ ਲੜ ਕੇ ਜਿੱਤੀ ਆ, ਸਾਨੂੰ ਕਾਂਗਰਸ ਨੇ ਨਹੀਂ ਜਿਤਾਇਆ, ਉਹ ਇੰਡੀਪੈਂਡੈਂਟ ਜਿੱਤੀ ਆ। ਅਤੇ ਕਾਂਗਰਸ ਕੋਲ ਉੱਥੇ ਲੜਾਉਣ ਲਈ ਕੈਂਡੀਡੇਟ ਨਹੀਂ ਸੀ ਕੋਈ ਵੀ, ਇੰਡੀਪੈਂਡੈਂਟ ਮੇਰੀ ਘਰ ਵਾਲੀ ਜਿੱਤੀ ਆ।
ਮਤਲਬ ਗੱਲ ਇਹ ਆ, ਕੋਈ ਗ੍ਰਾਸ ਰੂਟ ਦਾ ਇਲੈਕਸ਼ਨ ਭਾਵੇਂ ਐਮ ਸੀ ਦਾ ਹੋਵੇ, ਕੋਆਪਰੇਟਿਵ ਸੁਸਾਇਟੀ ਦਾ ਹੋਵੇ, ਭਾਵੇਂ ਬਾਹਰ ਦਾ ਹੋਵੇ ਇਲੈਕਸ਼ਨ, ਅਸੀਂ ਹਰ ਇਲੈਕਸ਼ਨ ਜਿਹੜਾ ਹੈਗਾ ਆ ਉਹ ਲੜ ਕੇ ਅਸੀਂ ਆਏ ਹਾਂ। ਅਸੀਂ ਕੋਈ ਨੋਮੀਨੇਟਡ ਪੋਸਟਾਂ ਨਹੀਂ ਕੱਟੀਆਂ ਹੈਗੀਆਂ। ਕੋਈ ਮੈਨੂੰ ਦੱਸ ਦਿਓ ਜਿਹੜਾ ਗ੍ਰਾਸ ਰੂਟ ਦੇ ਉੱਤੇ ਹਰ ਇਲੈਕਸ਼ਨ ਜਿੱਤ ਕੇ ਬੰਦਾ ਆਇਆ ਹੋਵੇ। ਮੈਨੂੰ ਜੇ ਕੋਈ ਇਹ ਕਵੇ ਕਿ ਮੈਂ ਅਸਮਾਨੋਂ ਉਤਰ ਕੇ ਆ ਗਿਆ ਜਾਂ ਪੈਰਾਸ਼ੂਟ ਰਾਹੀਂ ਆ ਗਿਆ, ਮੈਂ ਪੈਰਾਸ਼ੂਟ ਰਾਹੀਂ ਨਹੀਂ, 35 ਸਾਲ ਲੋਕਾਂ ਦੇ ਵਿੱਚ ਸੇਵਾ ਕੀਤੀ ਆ ਅਤੇ ਲੋਕਾਂ ਦੇ ਵਿੱਚ ਇਹ ਕੰਮ ਕੀਤਾ ਆ। ਮੈਂ ਮਾਰ ਕਮੇਟੀ ਦਾ ਚੇਅਰਮੈਨ ਵੀ ਰਿਹਾ, ਮੈਂ ਗ੍ਰੀਵੈਂਸ ਕਮੇਟੀ ਦਾ ਮੈਂਬਰ ਵੀ ਰਿਹਾ ਅਤੇ ਹਮੇਸ਼ਾ ਲੋਕਾਂ ਦੀ ਜਿਹੜੀਆਂ ਹੈਗੀਆਂ ਆ ਇਹ ਹੱਕਾਂ ਦੇ ਲਈ ਲੜਦੇ ਰਹੇ ਹਾਂ ਅਤੇ ਗਾਹਾਂ ਵੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਪਰਮਾਤਮਾ ਜਿਹੜੀ ਸਮਰੱਥਾ ਬਖਸ਼ਣਗੇ ਉਹਦੇ ਮੁਤਾਬਕ ਆਪਾਂ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਲੜਦੇ ਰਹਾਂਗੇ। 2027 ਦੀਆਂ ਚੋਣਾਂ ਵਿੱਚ ਜੇ ਪੰਕਜ ਕਿਰਪਾਲ ਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੰਦੀ, ਕੀ ਪੰਕਜ ਕਿਰਪਾਲ ਕਾਂਗਰਸ ਪਾਰਟੀ ਤੋਂ ਬਾਗੀ ਹੋਣਗੇ? 2027 ਨੂੰ ਹਜੇ ਬੜਾ ਲੰਬਾ ਸਮਾਂ ਪਿਆ। ਮੈਂ ਪਹਿਲਾਂ ਵੀ ਦੱਸਿਆ ਕਿ ਇਹ ਹਾਈਕਮਾਂਡ ਦੀ ਮਰਜ਼ੀ ਆ, ਉਹਨੇ ਕਿਆ ਕਰਨਾ ਕਿਆ ਨਹੀਂ ਕਰਨਾ, ਜੋ ਵੀ ਹਾਈਕਮਾਂਡ ਕਰੇਗੀ ਸਾਡੇ ਨਾਲ, ਜੇ ਮੈਨੂੰ ਵੀ ਲੜਾਉਣਾ ਹੋਇਆ ਜਾਂ ਮੇਰੀ ਥਾਂ 'ਤੇ ਕਿਸੇ ਹੋਰ ਨੂੰ ਲੜਾਉਣਾ ਹੋਇਆ, ਪਾਰਟੀ ਦੀ ਬਿਹਤਰੀ ਸੋਚ ਕੇ ਕਰਨਗੇ। ਪਰ ਮੈਂ ਇੱਕ ਗੱਲ, ਜੋ ਮੇਰਾ ਦਾਅਵਾ ਬਣਦਾ ਮੈਂ ਦਾਅਵਾ ਜ਼ਰੂਰ ਪੇਸ਼ ਕਰੂੰਗਾ, ਬਾਕੀ ਪਾਰਟੀ ਹਾਈਕਮਾਂਡ ਦੀ ਮਰਜ਼ੀ ਆ। ਪਾਰਟੀ ਹਾਈਕਮਾਂਡ ਨੂੰ ਪਤਾ ਆ ਕਿ ਉਹਨਾਂ ਨੇ ਪਾਰਟੀ ਦੀ ਬਿਹਤਰੀ ਲਈ ਕਿਆ ਕਰਨਾ ਕਿਆ ਨਹੀਂ ਕਰਨਾ, ਉਹ ਜੋ ਵੀ ਕਰਨਗੇ ਸੋਚ ਕੇ ਵਧੀਆ ਢੰਗ ਨਾਲ ਕਰਨਗੇ। ਪੰਕਜ ਕਿਰਪਾਲ ਜੀ ਸਾਥ ਦੇਣਗੇ ਕਾਂਗਰਸ ਪਾਰਟੀ ਦੀ ਟਿਕਟ ਨਹੀਂ ਮਿਲਦੀ? ਮੈਂ ਅੱਗੇ ਵੀ ਕਾਂਗਰਸ ਦਾ ਸਾਥ ਦਿੱਤਾ, ਮੈਂ ਅੱਗੇ ਵੀ ਕਾਂਗਰਸ ਦੇ ਨਾਲ ਰਿਹਾ, ਮੈਂ ਕਾਂਗਰਸ ਤੋਂ ਕਦੀ ਬਾਹਰ ਨਹੀਂ ਗਿਆ ਅਤੇ ਹੁਣ ਵੀ ਕਾਂਗਰਸ ਦੇ ਨਾਲ ਹੈਗੇ ਹਾਂ। ਪਰ ਐਤਕੀ ਮੇਰੀ ਇੱਛਾ ਆ ਕਿ ਮੈਂ ਚੋਣ ਲੜਾਂ ਅਤੇ ਪਾਰਟੀ ਮੈਨੂੰ ਚੋਣ ਲੜਾਵੇ। ਮੈਂ ਪਾਰਟੀ ਤੋਂ ਬਾਹਰ ਹੋ ਕੇ ਚੋਣ ਨਹੀਂ ਲੜਨਾ ਚਾਹੁੰਦਾ, ਮੈਂ ਪਾਰਟੀ ਦੇ ਅੰਦਰ ਰਹਿ ਕੇ ਚੋਣ ਲੜਨਾ ਚਾਹੁੰਦਾ ਅਤੇ ਮੇਰਾ ਮੈਂ ਸਮਝਦਾ ਕਿ ਹੱਕ ਵੀ ਬਣਦਾ ਆ ਅਤੇ ਮੈਂ ਬਕਾਇਦਾ ਟਿਕਟ ਲਈ ਲੜਾਈ ਲੜੂੰਗਾ। ਬਾਕੀ ਹਾਈਕਮਾਂਡ ਦੀ ਮਰਜ਼ੀ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਜੇ ਜੋ ਹਾਈਕਮਾਂਡ ਨੂੰ ਬਿਹਤਰ ਲੱਗੇਗਾ ਉਹ ਕਰਨਗੇ ਅਤੇ ਪਾਰਟੀ ਦੀ ਬਿਹਤਰੀ ਲਈ ਕਰਨਗੇ। ਮੈਂ ਨਹੀਂ ਸਮਝਦਾ, ਕਈ ਵਾਰ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਮੈਂ ਬਹੁਤ ਵਧੀਆ ਕੈਂਡੀਡੇਟ ਹਾਂ, ਮੇਰੇ ਤੋਂ ਬਗੈਰ ਇੱਥੇ ਕੋ ਹੋਰ ਹੈ ਨਹੀਂ ਗਾ, ਪਰ ਪਾਰਟੀ ਦੀ ਸੋਚ ਕਈ ਵਾਰ ਮੇਰੀ ਸੋਚ ਤੋਂ ਕਿਤੇ ਵੱਡੀ ਹੁੰਦੀ ਹੈ, ਪਾਰਟੀ ਬੈਟਰ ਸੋਚ ਸਕਦੀ ਹੈ। ਸੋ ਇਹ ਸਨ ਪੰਕਜ ਕਿਰਪਾਲ ਜੀ, ਜਿਹਨਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਔਰ ਕਿਤੇ ਨਾ ਕਿਤੇ ਇਹ ਇਸ਼ਾਰਾ ਵੀ ਕਰ ਦਿੱਤਾ ਹੈ ਕਿ ਜੇ ਪਾਰਟੀ ਹਾਈਕਮਾਂਡ ਟਿਕਟ ਨਹੀਂ ਦਿੰਦੀ ਤਾਂ ਬਾਗੀ ਸੁਰ ਦੇਖਣ ਨੂੰ ਵੀ ਮਿਲ ਸਕਦੇ ਨੇ। ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਹੈ ਕਿ ਹਿੰਦੂ ਨੇਤਾਵਾਂ ਨੂੰ ਵੀ ਪਾਰਟੀ ਹਾਈਕਮਾਂਡ ਨੂੰ ਸੋਚਣਾ ਚਾਹੀਦਾ ਕਿ ਹਿੰਦੂ ਨੇਤਾਵਾਂ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਮਜ਼ਬੂਤੀ ਫੜ ਸਕੇ। ਕੈਮਰਾਮੈਨ ਸੁਖਦੇਵ ਦੇ ਨਾਲ ਸ਼ਰਜੀਤ ਬੈਂਸ, ਗੜ ਸ਼ੰਕਰ।